ਅੱਜ ਸੱਚੀ ਮੈਂ ਆਪਣੀ ਅੱਖਾਂ ਮੂਹਰੇ ਤਿੰਨ ਜ਼ਿੰਦਗੀਆਂ ਨੂੰ ਬਚਦੇ ਦੇਖਿਆ, ਤਿੰਨ ਧੀਆਂ ਨੂੰ ਬਚਦੇ ਦੇਖਿਆ। ਸੱਚੀ ਮੌਤ ਬਹੁਤ ਕੋਲ ਦੀ ਲੰਘੀ ਆ ਉਹਨਾਂ ਦੇ। ਨਿੰਜਾ ਇੱਕ ਅਜਿਹਾ ਪੰਜਾਬੀ ਸਿੰਗਰ ਤੇ ਐਕਟਰ ਜਿਸ ਦੀ ਪਹਿਲਾਂ ਦਾ ਗਾਇਕੀ, ਉਸ ਤੋਂ ਬਾਅਦ ਉਸ ਦੀ ਐਕਟਿੰਗ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਹੈ। ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਰਿਕਾਰਡ ਕਰਦਿਆਂ ਨਿੰਜਾ ਕਾਫੀ ਘਬਰਾਏ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਨਿੰਜਾ ਨੇ ਇੱਕ ਲਾਈਵ ਐਕਸੀਡੈਂਟ ਨੂੰ ਬਿਆਨ ਕੀਤਾ। ਇਹ ਐਕਸੀਡੈਂਟ ਉਸ ਵਕਤ ਹੋਇਆ ਜਦ ਨਿੰਜਾ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੇ ਸਨ ਤੇ ਨਿੰਜਾ ਨੇ ਇਸ ਐਕਸੀਡੈਂਟ ਦੀ ਵੀਡੀਓ ਨੂੰ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ। ਆਓ ਨਜ਼ਰ ਮਾਰੀਏ ਨਿੰਜਾ ਦੀ ਉਸ ਵੀਡੀਓ ਦੇ ਉੱਤੇ। ਅੱਜ ਸੱਚੀ ਮੈਂ ਆਪਣੀ ਅੱਖਾਂ ਮੂਹਰੇ ਤਿੰਨ ਜ਼ਿੰਦਗੀਆਂ ਨੂੰ ਬਚਦੇ ਦੇਖਿਆ, ਤਿੰਨ ਧੀਆਂ ਨੂੰ ਬਚਦੇ ਦੇਖਿਆ। ਸੱਚੀ ਮੌਤ ਬਹੁਤ ਕੋਲ ਦੀ ਲੰਘੀ ਆ ਉਹਨਾਂ ਦੇ। ਮੈਂ ਚੰਡੀਗੜ੍ਹ ਤੋਂ ਬਠਿੰਡਾ ਜਾ ਰਿਹਾ ਸੀਗਾ ਅਤੇ ਰਸਤੇ ਦੇ ਵਿੱਚ ਇੱਕ ਸਾਨੂੰ ਸਵਿਫਟ ਕਾਰ ਕ੍ਰੋਸ ਕੀਤੀ ਅਤੇ ਉਸੇ ਹਾਈਵੇ ਦੇ ਉੱਤੇ ਅੱਗੇ ਗਊ ਮਰੀ ਪਈ ਸੀ ਅਤੇ ਉਹ ਗਊ 'ਚ ਗੱਡੀ ਵੱਜ ਕੇ ਘੁੰਮ ਕੇ ਤਿੰਨ ਪਲਟੀਆਂ ਖਾ ਕੇ ਡਿੱਗੀ। ਸੱਚੀ ਮੰਨਿਓ ਲੂ ਕੰਢੇ ਹਜੇ ਤੱਕ ਖੜ੍ਹੇ ਨੇ ਉਹ, ਮੈਂ ਆਪਣੀ ਅੱਖੀਂ ਦੇਖਿਆ। ਮੈਂ ਸਨੈਪ ਵੀ ਪਾਊਂਗਾ ਅਤੇ ਉੱਥੇ ਤੁਸੀਂ ਇੱਕ ਸਵਿਫਟ ਕਾਰ ਨੂੰ ਸਾਨੂੰ ਪਲਟਦੇ ਦੇਖਿਓ। ਅਤੇ ਮੈਂ ਸਿਰਫ ਇੱਕੋ ਰਿਕੁਐਸਟ ਕਰਨੀ ਚਾਹੁੰਦਾ ਗਾਇਜ਼, ਪਲੀਜ਼ ਪਲੀਜ਼ ਬੀ ਸੇਫ, ਓਵਰ ਸਪੀਡ ਦਾ ਖਿਆਲ ਰੱਖੋ ਅਤੇ ਇੱਕ ਗੱਲ ਦਾ ਖਿਆਲ ਹੋਰ ਵੀ ਰੱਖੋ, ਤੁਸੀਂ ਜਿਹਨਾਂ ਕੋਲੋਂ ਜਿਹਨਾਂ ਨੂੰ ਛੱਡ ਕੇ ਜਿਹਨਾਂ ਵੱਲ ਜਾ ਰਹੇ ਹੋ ਉਹ ਵੀ ਤੁਹਾਨੂੰ ਉਡੀਕ ਰਹੇ ਨੇ। ਅਤੇ ਪਲੀਜ਼ ਇਹ ਜਾਨ ਇੱਕੋ ਹੀ ਆ, ਜ਼ਿੰਦਗੀ ਇੱਕੋ ਹੀ ਆ, ਪਲੀਜ਼ 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 ਮੈਂ ਰਿਕੁਐਸਟ ਕਰਦਾ ਹੈ ਵੀ ਉਹ ਬਿਲਕੁਲ ਠੀਕ ਨੇ, ਕੁੜੀਆਂ ਬਿਲਕੁਲ ਸੇਫ ਨੇ। ਤਿੰਨ ਕੁੜੀਆਂ ਸੀਗੀਆਂ ਹਿਮਾਚਲ ਤੋਂ ਅਤੇ ਉਹਨਾਂ ਨੇ ਬਠਿੰਡੇ ਜਾਣਾ ਸੀਗਾ, ਉਹਨਾਂ ਨੂੰ ਗੱਡੀ 'ਚੋਂ ਕੱਢਿਆ, ਗੱਡੀ ਅੱਗੇ ਜਾ ਕੇ ਖੱਡ 'ਚ ਡਿੱਗ ਗਈ ਸੀ, ਉੱਥੋਂ ਗੱਡੀ 'ਚੋਂ ਕੱਢਿਆ ਕੁੜੀਆਂ ਨੂੰ। ਫਿਰ ਮੁੜ ਕੇ ਜਦੋਂ ਅਸੀਂ ਕੱਢ ਰਹੇ ਸੀ ਤਾਂ ਪਿੰਡ ਵਾਲੇ ਲੋਕ ਜਿਹੜੇ ਆਲੇ ਦੁਆਲੇ ਵਾਲੇ ਜਿਹੜੀ ਜਾਨ ਦੀ ਕੀਮਤ ਨੂੰ ਸਮਝਦੇ ਨੇ, ਮੈਂ ਉਹ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਵੀ ਜਿਹੜੇ ਐਕਸੀਡੈਂਟ ਦੇਖ ਕੇ ਸਾਨੂੰ ਦੇਖ ਕੇ ਅਸੀਂ ਜਦੋਂ ਵਾਜਾਂ ਵੂਜਾਂ ਮਾਰੀਆਂ ਤਾਂ ਉਹ ਰੁਕ ਗਏ। ਸੱਚੀ ਮੈਂ ਕਦਰ ਕਰਦਾ ਹਾਂ ਉਹਨਾਂ ਬੰਦਿਆਂ ਦੀ ਜਿਹੜੇ ਕਿਸੇ ਦੀ ਜਾਨ ਦੀ ਕੀਮਤ ਨੂੰ ਸਮਝਦੇ ਨੇ। ਅਤੇ ਹੁਣ ਉਹ ਬਿਲਕੁਲ ਸੇਫ ਨੇ, ਐਂਬੂਲੈਂਸ ਆ ਚੁੱਕੀ ਸੀ, ਅਸੀਂ ਸਾਰਾ ਕਰਕੇ ਉਧਰ ਨੂੰ ਫਿਰ ਦੁਬਾਰਾ ਬਠਿੰਡੇ ਵੱਲੋਂ ਨਿਕਲ ਗਏ। ਸੋ ਪਲੀਜ਼ ਗਾਇਜ਼ ਮੇਰੀ ਰਿਕੁਐਸਟ ਆ, ਸੇਫ ਰਹੋ ਅਤੇ ਓਵਰ ਸਪੀਡ ਦਾ ਖਿਆਲ ਰੱਖੋ। ਥੈਂਕ ਯੂ।